ਮਈ ਜੂਨ ਜੁਲਾਈ ਅਗਸਤ ਦਸੰਬਰ ਮਤਲਬ ਮਹੀਨੇ ਦੇ ਮਤਲਬ ਉਹ ਸੁਣ ਪੜਾ ਨਹੀਂ ਉਸ ਪਰ ਉਸ ਕਹਾਣੀ ਨੂੰ ਸੋ ਮੰਗੁਰ ਪੋ ਮੋ ਹੈ ਹੋ ਹੈ ਲੇਕਿਨ ਬੜਾ ਚਲੋ ਹੁਣ ਉਹ ਗੱਲ ਖਤਮ ਹੋਈ ਹੈ ਤੇ ਉਸ ਕਹਾਣੀ ਕਿ ਇੱਕ ਹੀ ਮਾਈ ਨੂੰ ਪੀ ਪੀ ਆਈ ਜਤਨ ਮੈਨੂੰ ਤਰਸ ਵੇ ਖਾਈ ਸਿੱਧੇ ਬੋਧੀ ਘਰ ਵਿੱਚ ਟਾਈ ਦਾੜੀ ਮੂਛ ਸਭ ਕੁਛ ਸਫਾਈ ਲੱਭ ਕੇ ਰਿਸ਼ਵਤ ਦਬਕੇ ਖਾਈ ਨਾਲੇ ਚਰ ਸ਼ਰਾਬ ਛੁਡਾਈ ਗਰੀਬਾਂ ਉੱਤੇ ਜ਼ੁਲਮ ਕਮਾਈ ਦੇਖੋ ਲੋਕੋ ਪੀ ਪੀ ਆਈ ਲੁੱਚਾ ਬੁੱਚਾ ਬਣ ਗਿਆ ਦੇਸੀ ਹੁਣ ਦੁਨੀਆਂ ਤੇ ਕੋਈ ਕੋਈ ਜੀਸੀ ਗਰੀਬਾਂ ਰੋਲੋ ਪਾਈ ਤਬਾਹੀ ਸਾਡੀ ਹੁਣ ਕਿਉਂ ਆਈ ਦੇਖੋ ਲੋਕੋ ਪੀ ਪੀ ਆਈ ਮਰਦੇ ਪੈਣੀ ਪਿੰਡ ਤਾਈ ਕੁੜੀਆਂ ਗਲ ਵਿੱਚ ਚਾਦਰ ਪਾਈ ਨਾਲੇ ਸੁਰਖੀ ਪਾਊਡਰ ਲਾਈ ਬਾਹਰੋਂ ਚਮਕ ਵਿੱਚੋਂ ਸਿਆਹੀ ਦੇਖੋ ਲੋਕੋ ਪੀ ਪੀ ਆਈ ਉੱਚੇ ਕੋਠੇ ਉੱਚੇ ਸੁਣਾਈ ਲੰਬੇ ਇਰਾਦੇ ਲੰਮੀਆਂ ਸੁਣਾਈ ਬਾਹਰ ਲੋਕ ਬੁਰੀਆਂ ਬੁਲਾਈ ਵੇਚਣ ਕੁੜੀਆਂ ਇਹਨਾਂ ਨੂੰ ਗਾਈ ਖਾਵਣ ਦੁੱਧ ਦਾ ਦੇਵਣ ਦਵਾਈ ਇਹ ਸਾਡੀ ਪੀਪਲ ਪਾਰਟੀ ਦੇ ਬਾਰੇ ਵਿੱਚ ਦੂਆ ਗੱਲ ਇਹ ਵੀ ਕਿ ਬੁੱਢੀ ਅੰਮਾ ਕੁਦੈ ਮਹਿੰਜੀ ਮਾਲਾ ਕੋ ਨਸੀ ਮਹਿੰਜੀ ਮਾਲਾ ਕੋ ਨਸੀ ਤਾਂ ਉਹ ਚੱਲਦੇ ਚੱਲਦੇ ਗਿਆਲ ਢਾਗਰਾ ਬੁੰਨੋ ਲਈਏ ਗਿਆਲ ਢਾਗਰਾ ਬੁੰਨੋ ਲਈਏ ਤਾਂ ਜਿਹਦਾ ਗਿਆ ਬੁੰਨ ਕੇ ਤਾਂ ਅੰਮੋਰੇ ਛੱਡ ਕਰੀ ਗਿਆਲ ਟੋਰਾ ਚਾ ਪੋੜੀ ਛੋੜੀ ਟੋਰਾ ਚਾ ਪੋੜੀ ਤਾਂ ਆਣੀ ਆ ਯਾ ਯਾਰਵੀਂ ਵਾਲਿਓ ਬਚਾਇਆ ਯਾ ਯਾਰਵੀਂ ਵਾਲਿਓ ਬਚਾਇਆ ਉਹ ਇਹਦਾ ਬੋਈ ਚਾ ਸਾਹ ਨਹੀਂ ਸਦਾ ਗਿਆਲ ਢਾਗਰਾ ਬੁੰਨੋ ਲਈਏ ਉਸਦਾ ਆਣੀ ਯਾਰਵੀਂ ਵਾਲਿਓ ਆ ਗਿਆ ਹਟਿਆ ਗਿਆ ਵਾਈਆ ਉਸਦਾ ਹੁੰਦਾ ਫਿਰ ਕੁਸਾ ਨਾ ਸਭ ਪਤਾ ਹੋਣਾ ਕਿ ਸ਼ੀਸ਼ਾ ਕਿਆ ਚੀਜ਼ ਦੀ ਕੱਲ ਕੇ ਜ਼ਮਾਨੇ ਕੁਸਾ ਕਿਆ ਪਤਾ ਸਾ ਸ਼ੀਸ਼ਾ ਕਿਆ ਚੀਜ਼ ਦੀ ਸ਼ੀਸ਼ੇ ਨੇ ਕੁਸਾ ਤਾਕੀ ਲੱਭੀ ਤੇ ਉਸ ਆਪਣਾ ਮੂੰਹ ਨਗਰੀ ਆ ਤਾਂ ਆਣਾ ਆਏ ਮਾਰਿਆ ਭਰਾ ਤੂੰ ਕੌਣ ਵਾਦੀ ਬਿਲਕੁਲ ਮੈਂ ਜਾ ਰਹੀ ਤੂੰ ਦੇਖੀ ਦੇਖੀ ਤਾਂ ਫਿਰ ਤਾਕੀ ਜੇਵਾ ਪਾਈ ਆ ਫਿਰ ਕੱਢ ਦੇਣਾ ਫਿਰ ਆਪਣਾ ਮੂੰਹ ਨਗਰੀ ਆਉਣਾ ਆਣਾ ਆਏ ਮਾਰਿਆ ਭਰਾ ਬਿਲਕੁਲ ਉਹ ਜਾ ਰਹੀ ਤੂੰ ਜਿਹਾ ਮੈਂ ਜਿੱਠਾ ਸੀ ਇਹ ਹੈ ਕਿ ਕਰੇ ਕਰੇ ਹਰ ਕਰੇ ਉਸ ਤਾਕੀ ਜੀ ਆਉਂਦਰ ਰਹੀਏ ਗਾਹ ਬਜ਼ਾਰਾ ਤੇ ਪਿੱਛਾ ਕੀ ਲੋਨੇ ਲੋਨੇ ਬੀਵੀਆ ਉਸ ਉਹ ਟਾਕੀ ਜੀ ਲੱਭੀ ਦਾ ਉਸ ਆਪਣਾ ਮੂੰਹ ਨਜ਼ਰੀ ਆ ਦਾ ਆਣੀ ਹਾਂ ਤਈਆ ਜੋ ਮੈਂ ਕੋਨੇ ਕੁੱਲੋ ਵਾਲਾ ਇਸ ਕੋ ਹੋਰ ਕੁੜੀ ਆਉਂਦੀ ਨਹੀਂ ਬਿਲਕੁਲ ਮੈਂ ਜਾਈਦੀ ਉਹ ਸ਼ਾਮੀ ਜਿਹਦਾ ਆਉਂਦਾ ਆਏ ਤਾਂ ਲਾਵੇ ਕੁੱਲਿਆ ਆਪਾਂ ਜਿਹਦਾ ਅੰਮਾ ਕੁਦਾ ਗਿਰੇ ਲੇਟੇ ਨੇ ਸੇ ਉਹਨੇ ਆਪ ਕਹਿਆ ਬੱਚੋ ਕਿਉਂ ਕੁੱਲਿਆ ਆਹ ਅੰਮੀ ਜੀ ਗੱਲ ਇਹਦੀ ਕਿਹਾ ਦੇਖਾ ਲਓ ਇਸ ਕੋ ਹੋਰ ਕੁੜੀ ਆਉਂਦੀ ਨਹੀਂ ਮੈਂ ਜੇ ਤਈਆ ਜੋ ਮੈਂ ਕੋਨੇ ਕੁੱਲੋ ਵਾ ਉਹਨੇ ਬੱਚੇ ਜੋ ਕਹਾ ਜੀ ਮੈਂ ਕਿਹਾ ਵਿਆਹ ਮੈਂ ਦੇਖੋ ਉਹਨੇ ਤੱਕ ਜੀ ਅਮੋਰੇ ਪੁਰਾ ਦਾ ਉਹਨੇ ਆਪਣਾ ਮੂੰਹ ਨਗਰੀ ਆ ਉਹਨੇ ਆ ਬੜੀ ਅਫਸੋਸ ਦੀ ਗੱਲ ਹੈ ਅਗਰ ਕਿਸ ਪਿੱਛੇ ਘੁੱਲਿਆ ਜਾਵਾਂ ਬੁਲਾ ਬੁੱਢੀ ਆ ਉੱਥੇ ਹੋ ਅੱਛਾ ਫਿਰ ਪੰਜਾਬੀਆਂ ਭਗਤ ਨੂੰ ਲਾ ਲੂੰ ਨਾ ਕਿਲੋ ਨੂੰ ਅੱਧਾ ਕਿਲੋ ਨੂੰ ਉਹ ਕੁਦਾ ਗਿਆ ਜਨਾਬ ਦਾ ਦੁੱਧ ਆਉਂਦੇ ਵਾਸਤੇ ਦੁੱਧ ਨਹੀਂ ਆਉਣਾ ਸਾ ਤੇ ਅੱਗਿਆ ਭਾਈਆ ਰਸਤੇ ਹੀ ਮਿਲੇ ਸਾ ਉਸ ਪਿਆਲਾ ਹੱਥੇ ਫੜਨ ਸਾ ਉਹ ਭਾਈਆ ਉਸਦਾ ਪੁੱਛਣਾ ਭਾਈ ਜੀ ਸਲਾਮ ਵਾਲੇਕੁਮ ਆ ਵਾਲ ਸਲਾਮ ਆ ਟਾਈਮ ਕਾ ਵਾ ਉਸ ਪਿਆਲਾ ਹੱਥ ਪਰ ਸਾ ਦੁੱਧਾਂ ਨਾ ਉਹ ਆਣਾ ਸਾਰੇ ਯਾਰੋ ਹੋਈ ਹੈ ਉਹ ਪਿਆਲਾ ਪੁੱਠਾ ਹੋਈ ਆ ਜੀ ਸਰਾ ਆ ਕਰਾਣੀ ਪੁੱਛਾ ਦੁੱਧ ਆ ਜੀ ਦੁੱਧ ਜੁੱਲੀ ਆ ਦੁੱਧ ਨਾ ਫਿਰ ਦੁੱਧ ਨਹੀਂ ਆਨੋ ਸਾ ਫਿਰ ਅਗਰ ਇਸੇ ਭਾਈਆ ਮਿਲੇ ਉਹਨੇ ਆ ਭਾਈ ਜੀ ਸਲਾਮ ਵਾਲੇਕੁਮ ਆ ਵਾਲ ਸਲਾਮ ਟਾਈਮ ਕਾ ਵਾ ਉਹਨੇ ਆ ਜੀ ਬਾਹਰੇ ਹੋਈ ਹੈ ਫਿਰ ਪਿਆਲਾ ਪੁੱਠਾ ਜੀ ਸਰਾ ਆ ਕਰਾਣੀ ਪੁੱਛਾ ਦੁੱਧ ਆ ਜੀ ਦੁੱਧ ਆਈ ਵੀ ਜੁੱਲੀ ਆ ਉਹਨੇ ਆ ਗੱਲ ਕਰੀ ਬੜੀ ਅਗਲਾ ਵਾਰੀ ਗੱਲ ਕੀਤੀ ਆ ਤ੍ਰੀਏ ਦਾ ਸਾਜਿਆ ਸਾਹਿਬ ਪਿਆਲਾ ਪੋੜਨ ਸਾ ਅੰਨ ਸਰ ਅੱਗੇ ਰਸਤੇ ਭਾਈਆ ਮੇਰੇ ਉਹਨੇ ਆ ਭਾਈ ਜੀ ਸਲਾਮ ਵਾਲੇ ਮਹਾਵਾਰਕ ਸਲਾਮ ਉਹਨੇ ਆ ਭਾਈ ਜੀ ਟਾਈਮ ਕਹਾਂ ਉਹਨੇ ਆ ਗੱਲੋਂ ਗਈ ਹੋਈ ਆ ਤੂੰ ਮੁੰਡਾ ਦਾ ਪਾਵਲ ਨਾ ਨਸੇ ਸਾ ਪਿਆਲਾ ਫਾਰੂਕ ਹੋਈ ਆ ਫਿਰ
ਇਹ ਗੱਲ ਇਹਨੇ ਕੀ ਦਿਆ ਮਾੜੀ ਪਿਆਰੀ ਉਸੇ ਨਹੀਂ ਛੁੜਿਆ ਜੀ। ਇੱਕ ਬੰਦਾ ਇੱਕ ਆਹੋ ਆਹੋ ਨੂੰ ਨਸਾ ਬੜੇ ਜ਼ਬਰਦਸਤ ਕਿਸਮ ਦੇ ਆਹੋ ਪਹਿਲ ਕੇ ਜ਼ਮਾਨੇ ਚ ਨਵੇਂ ਲੋਕਾਂ ਕੀ ਨਹੀਂ ਪਤਾ, ਲੇਕਿਨ ਪੁਰਾਣੇ ਲੋਕ ਕੀ ਪਤਾ ਕਿ ਲੋਕੇ ਇਹ ਬੂਟੇ ਛੋਟੇ ਆੜੀਆਂ ਆਰ ਵੜੀਆਂ ਫਾ ਵਾਲਾ ਸ਼ਾ ਵਾਲਾ ਇਹ ਰੱਖੇ ਹੁਣ ਪਲੈਰ ਦਿੱਤਾ ਹੁਣ ਸੀ ਬੂਟਿਓ ਕਿ ਕੋਈ ਕੋਈ ਫਰੂਟ ਨੂੰ ਖਾਈ ਚੁੱਲੋ ਗਾ ਤਾਂ ਉਹਨੇ ਵਿੱਚ ਫਾ ਵਾਲਾ ਰੱਖਾ ਨਾ ਵਾਦਾ ਫਾ ਵਾੜੀ ਤਾਂ ਫਾ ਵਾੜੀ ਪਲੈਰ ਦਿੱਤਾ ਨਾ ਆਵਾਜ਼ ਨੀ ਪਲੈਰ ਦਿੱਤਾ ਨਾ ਆਵਾਜ਼ ਨੀ ਤਾਂ ਉਹ ਭਾਈਆ ਜਿਹੜਾ ਆਹੋ ਆਹੋ ਸਾ ਬਹੁਤ ਸਾਰੇ ਉਹ ਕਿਤੇ ਫੌੜੀਆ ਉੱਪਰ ਚੜਿਆ ਪਲੈਰ ਪੱਟੀ ਦਾ ਫੌੜੀਆ ਉੱਪਰ ਚੜੀ ਦਾ ਨਾ ਫੌੜੇ ਖੋਣੇ ਉਹ ਜਿਹੜੀ ਜ਼ਿਆਦਾ ਫੌੜੀ ਫਲੀ ਨਹੀਂ ਹੋਣੀ ਉਸੀ ਦਾ ਦਸ ਕੋਈ ਸੌ ਵਿੱਚ ਇੱਕ ਦੋ ਚੰਗਾ ਹੋਣਾ ਬਾਕੀ ਤਰਾਕੇ ਨੇ ਹੋਣੇ ਉਹ ਜਿਹੜਾ ਫੌੜਾ ਲੀੜਾ ਦਾ ਉਹ ਤਰਾਕਾਂ ਨੂੰ ਵਿਚਾਰ ਲੋਰੀ ਲੋਰੀ ਦਾ ਖੋਣ ਹੋਗਾ ਕੋਈ ਜੰਗਲ ਬਾਹਰ ਦਿੱਤਾ ਹੋਣੀ ਆਹ ਜੀ ਅੰਮੀ ਜੀ ਅੰਮੀ ਜੀ ਆਹ ਗੱਲ ਕਰੀ ਆਹ ਅੰਮੀ ਜੀ ਪਲੈਰ ਪੱਟੀਆ ਕੋਈ ਫੌੜੇ ਉੱਪਰ ਚੜਨਾ ਉਹ ਬਾਹਰ ਨਹੀਂ ਸੀ ਅੰਦਰ ਆਉਣੀ ਆਹ ਜੀ ਉਹ ਭਈਆ ਕਿਹੜਾ ਤੂੰ ਨੀ ਪਤਾ ਉਸੇ ਫਾਵਾੜੀ ਦੀ ਰੱਖੀ ਨੀ ਉਹ ਉਪਰਾ ਬੋਲਿਆ ਦੁਨੀਆ ਮੈਨੂੰ ਸਭ ਪਤਾ ਫਾਵਾੜੀ ਦੀ ਤੁਸੀਂ ਰੱਖੀ ਨੀ ਬਾਹਰੀ ਦਿਸਾ ਚੰਗੀ ਪੜੀ ਦਾ ਵਿਚਾ ਜੀ ਨੇ ਰੱਖੀ ਨੀ ਉਹ ਲੱਗ ਲਓ ਤੁਹਾਡੇ ਜਾਣੇ ਵਾਲੇ ਜਿਸ ਚੀਜ਼ ਤੂੰ ਅੰਦਰ ਰੱਖੀ ਨੀ ਅੰਦਰ ਬਾਹਰ ਦਿੱਤੀ ਆਨੀ ਹਾਲ ਕੇ ਕੁੱਤੀ ਰੱਖੀ ਨੀ ਉਹ ਵਿਚਾਰਾ ਚੁੱਪ ਹੋ ਜਾ ਦੁਨੀਆ ਇਹ ਬੰਦਾ ਬਹੁਤ ਆਹੋ ਨਾ ਫਿਰ ਉਸ ਜ਼ਮਾਨੇ ਵਿੱਚ ਇੱਕ ਬੰਦਾ ਬਹੁਤ ਬੜਾ ਅਮੀਰ ਹੋਣਾ ਸਾ ਅਮੀਰ ਸਾਹਿਬ ਤਾਂ ਹਰ ਔਰਤਾਂ ਦੀ ਖੁਆਇਸ਼ ਸੀ ਕਿ ਉਸਨੇ ਸ਼ਾਦੀ ਕਰੋ ਉਹ ਆਹ ਮਾੜੀ ਸ਼ਰਤ ਦੀ ਕਿ ਜਿਹੜਾ ਚੁੱਲਾ ਮਨਾ ਸੀ ਮੈਂ ਉਸ ਕੋਲ ਸ਼ਾਦੀ ਕਰ ਸੋ ਉਹ ਜਿਹੜੀ ਅੱਛਾ ਉਹ ਚੁੱਲਾ ਬਣਾਇਆ ਤੇ ਚੁੱਲਾ ਨਾ ਬਣਾਇਆ ਉਸ ਕੀ ਤਲਾਕ ਦੇ ਛੁੜਿਆ ਉਸ ਕੀ ਤਲਾਕ ਦੇ ਛੁੜਿਆ ਕਰਦੇ ਕਰਦੇ ਉਹ ਸੋਨੀ ਦਸ ਦਸਵੀਂ ਚੁੱਲਾ ਤਿਆਰ ਕੀਤਾ ਤਿਆਰ ਕਰੀ ਤਾਂ ਆਨੀ ਹਾਂ ਦੇਖੋ ਜੀ ਮੈਂ ਚੁੱਲਾ ਤਿਆਰ ਕਰ ਸਕਿਆ ਕਿ ਨਹੀਂ ਹਾਂ ਜੀ ਬਿਲਕੁਲ ਚੁੱਲਾ ਤਿਆਰ ਹੋ ਗਿਆ ਉਸ ਨਿੱਕੀ ਨਿੱਕੀ ਦਾੜੀ ਰੱਖੀ ਨਹੀਂ ਸੀ ਉਹ ਬੋਲਿਆ ਉਹਨੀ ਹਾਂ ਜੀ ਦਾੜੀ ਮੇਰੀ ਦਾਰੂ ਗਲੀ ਤਾਂ ਦਾੜੀ ਮੇਰੀ ਹੈ ਸੱਸਵੀਂ ਨੋ ਇਸ ਤੋਂ ਪਿੱਛੇ ਮੈਂ ਛੋੜੀਆਂ ਤਾਂ ਹੁਣ ਮੈਂ ਤੂੰ ਆਉਂਦੀ ਹੈ ਦਸਵੀਂ ਤੂੰ ਵੀ ਨਾ ਚੁੱਲਾ ਬਣਾ ਫਿਰ ਕਿਆ ਫਾਇਦਾ ਵਹਿ ਬੋਲੀ ਉਹਨੀ ਆ ਚੁੱਲਾ ਮੇਰਾ ਚੁੱਲਾ ਦਾ ਚੁੱਲਾ ਮੇਰਾ ਦੇ ਫੇਰ ਮੋ ਬਾਹਰੋਂ ਇਸ ਤੋਂ ਪਿੱਛੇ ਮੈਂ ਛੋੜੇ ਤਾਂ ਹੁੰਦੀ ਤੂੰ ਫੇਰ